ਇਹ ਅਸਲ ਅਰਥਾਂ ਵਿੱਚ ਇੱਕ ਮਜ਼ੇਦਾਰ ਪ੍ਰਯੋਗ ਹੈ। ਇਸ ਲਈ ਤੁਹਾਨੂੰ ਇੱਕ ਪਤਲੀ ਸਟ੍ਰਾਅ, ਇੱਕ ਮੋਟੀ ਸਟ੍ਰਾਅ, ਇੱਕ ਸੇਫਟੀ ਪਿੰਨ ਚਾਹੀਦਾ ਹੈ। ਕੈਂਚੀ ਦੀ ਮਦਦ ਨਾਲ ਮੋਟੀ ਸਟ੍ਰਾਅ ਦੇ 4 ਪੈਟਲ ਸਕ੍ਰਿਪਟ ਬੈਂਡ ਤੱਕ ਕੱਟ ਲਵੋ। ਇਹਨਾਂ ਪੈਟਲਸ ਨੂੰ ਮੋੜ ਲਵੋ ਅਤੇ ਉਹਨਾਂ ਨੂੰ ਫਲੈਟ ਕਰਕੇ ਟਵਿਸਟ ਕਰ ਲਓ। ਇਹ ਯਾਦ ਰਹੇ ਕਿ ਇਹ ਇੱਕੋ ਹੀ ਦਿਸ਼ਾ ਵਿੱਚ ਟਵਿਸਟ ਕਰੋ। ਪਤਲੀ ਸਟ੍ਰਾਅ ਦੇ ਵਿੱਚ ਸੇਫਟੀ ਪਿੰਨ ਨੂੰ ਲਗਾਓ। ਇਹ ਸਟ੍ਰੋਪਰ ਦਾ ਕੰਮ ਕਰੇਗਾ ਅਤੇ ਪਤਲੀ ਸਟ੍ਰਾਅ ਨੂੰ ਮੋਟੀ ਸਟ੍ਰਾਅ ਦੇ ਵਿੱਚ ਪਾ ਦਿਓ। ਪਤਲੀ ਸਟ੍ਰਾਅ ਉਸ ਦਾ ਐਕਸਲ ਬਣ ਜਾਵੇਗੀ। ਜਦੋਂ ਤੁਸੀਂ ਪੀਲੀ ਸਟ੍ਰਾਅ ਨੂੰ ਫੂਕ ਮਾਰੋਗੇ ਤਾਂ ਉਹ ਤੇਜ਼ੀ ਨਾਲ ਘੁੰਮੇਗੀ ਅਤੇ ਚੰਗੀ ਲੱਗੇਗੀ। ਅਤੇ ਜਦੋਂ ਤੁਸੀਂ ਇਸ ਨੂੰ ਛੱਤ ਦੇ ਪੱਖੇ ਹੇਠਾਂ ਰੱਖੋਗੇ ਤਾਂ ਇਹ ਹੋਰ ਤੇਜ਼ੀ ਨਾਲ ਘੁੰਮੇਗੀ।